ਅਸੀਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ 'ਚ ਹਰਪ੍ਰੀਤ ਸਿੰਘ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ, ਇਹ ਕੇਰਲਾ 'ਚ ਖੇਡਣ ਗਏ ਸੀ। ਸਾਊਥ ਏਸ਼ੀਆ ਹੋਈ ਸੀ। ਸਾਊਥ ਏਸ਼ੀਆ ਇੱਕ ਕਰਾਸ਼ ਰਸ਼ੀਅਨ ਜੂਡੋ ਗੇਮ ਹੈ ਜਿਹੜੀ ਪਹਿਲੀ ਵਾਰੀ ਜਿਹਦੀ ਇੰਟਰਨੈਸ਼ਨਲ ਟੂਰਨਾਮੈਂਟ ਹੋਇਆ। ਉਹਦੇ 'ਚ ਇਹਨੇ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ, ਇੰਡੀਆ ਦੀ ਪ੍ਰਤੀਨਿਧਤਾ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਸਾਨੂੰ ਖੁਸ਼ੀ ਹੈ ਕਿ ਜਦੋਂ ਇਹੋ ਜਿਹੇ ਬੱਚੇ ਜਿਹੜੇ ਲਗਾਤਾਰ ਪਿਛਲੇ ਇਹ 10 ਸਾਲ ਤੋਂ ਛੋਟੇ ਜਿਹੀ ਉਮਰ 'ਚ ਸਾਡੇ ਸੈਂਟਰ 'ਚ ਆਇਆ ਸੀ, ਇਹ ਲਗਾਤਾਰ ਮਿਹਨਤ ਕਰਦਾ ਗਿਆ, ਨੈਸ਼ਨਲ ਵਿੱਚ ਉਹਦੇ ਮੈਡਲ ਨੇ, ਜੂਨੀਅਰ 'ਚੋਂ ਵੀ ਮੈਡਲ ਨੇ, ਅੱਜ ਇਹ ਇਸ ਮੁਕਾਮ 'ਤੇ ਪਹੁੰਚਿਆ ਕਿ ਸਾਊਥ ਏਸ਼ੀਆ ਦੇ ਵਿੱਚੋਂ ਮੈਡਲ ਲੈ ਕੇ ਆ। ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਕਿ ਇਸ ਲੜਕੇ ਨੇ ਨਵੀਂ ਗੇਮ ਕਰਾਸ਼ ਜਿਹੜੀ ਆ ਉਹਦੇ ਵਿੱਚ ਗੋਲਡ ਮੈਡਲ ਜਿੱਤਿਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਖਿਡਾਰੀਆਂ ਦੇ ਲਈ ਪ੍ਰੇਰਨਾ ਸਰੋਤ ਬਣਿਆ, ਕਿਉਂਕਿ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਕਰਾਸ਼ ਕੈਂਪ ਖੇਡ ਨੂੰ ਮਾਨਤਾ ਦਿੱਤੀ ਹੈ। ਅਤੇ ਆਸ ਕਰਦੇ ਹਾਂ ਸਰਕਾਰ ਤੋਂ ਵੀ ਇਸ ਖਿਡਾਰੀ ਨੂੰ ਜਿਹੜਾ ਇਹਦਾ ਬਣਦਾ ਰੁਤਬਾ ਹੈ, ਇਹਦਾ ਬਣਦਾ ਜਿਹੜੀ ਇਹਦੀ ਸਹਾਇਤਾ ਹੈ ਉਹ ਦਿੱਤੀ ਜਾਵੇ, ਤਾਂ ਜੋ ਇਹ ਇੰਟਰਨੈਸ਼ਨਲ ਪੱਧਰ 'ਤੇ ਏਸ਼ੀਆ ਦੇ ਵਿੱਚ ਇਹ ਮੈਡਲ ਜਿਹੜਾ ਪ੍ਰਾਪਤ ਕਰ ਸਕੇ ਅਤੇ ਹੋਰਨਾਂ ਬੱਚਿਆਂ ਦੇ ਲਈ ਵੀ ਇਹ ਪ੍ਰੇਰਨਾ ਸਰੋਤ ਬਣੇ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੇ ਬੱਚੇ ਮੈਡਲ ਜਿੱਤ ਕੇ ਆਉਂਦੇ ਤਾਂ ਬਾਕੀਆਂ ਲਈ ਪ੍ਰੇਰਨਾ ਸਰੋਤ ਬਣਦੇ ਨੇ। ਅਸੀਂ ਆਪਣੇ ਵੱਲੋਂ ਜੂਡੋ ਐਸੋਸੀਏਸ਼ਨ ਵੱਲੋਂ, ਡਿਸਟ੍ਰਿਕਟ ਜੂਡੋ ਕਾ ਵੈਲਫੇਅਰ ਸੋਸਾਇਟੀ ਵੱਲੋਂ, ਗੁਰਦਾਸਪੁਰ ਵਾਸੀਆਂ ਵੱਲੋਂ, ਮੈਂ ਇਹਨਾਂ ਦੇ ਪਰਿਵਾਰ ਨੂੰ, ਇਹਨਾਂ ਦੀ ਖਾਸ ਕਰਕੇ ਇਹਨਾਂ ਦੀ ਦਾਦੀ ਨੂੰ, ਇਹਨਾਂ ਦੀ ਮਾਤਾ ਨੂੰ ਬਹੁਤ ਬਹੁਤ ਵਧਾਈ ਦਿੰਦਾ। ਇਹਨਾਂ ਦਾ ਚਾਚਾ ਜਿਹੜਾ ਆਪ ਵੀ ਕੋਚ ਹੈ, ਉਹਦੇ ਨੂੰ ਉਹਨੂੰ ਵੀ ਵਧਾਈ ਦਿੰਦਾ, ਕਿਉਂਕਿ ਉਹਦੀ ਪ੍ਰੇਰਨਾ ਸਦਕਾ ਹੀ ਅੱਜ ਇਹ ਇਸ ਮੁਕਾਮ 'ਤੇ ਪਹੁੰਚਿਆ। ਸਾਰੇ ਕੋਚਾਂ ਵੱਲੋਂ, ਵਿਦਿਆਰਥੀਆਂ ਵੱਲੋਂ ਅਸੀਂ ਇਸ ਦਾ ਜੀ ਆਇਆਂ ਕਰ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ, ਅਤੇ ਮੈਂ ਆਪਣੇ ਇੱਥੋਂ ਗੁਰਦਾਸਪੁਰੋਂ ਖੇਡਣ ਗਿਆ ਸੀ, ਟਰਾਇਲ ਦਿਨ ਗਿਆ ਸੀ ਪਟਿਆਲੇ, ਉੱਥੋਂ ਮੇਰੀ ਸਿਲੈਕਸ਼ਨ ਹੋਈ ਅਤੇ ਫਿਰ ਸਾਊਥ ਏਸ਼ੀਆ ਚੈਂਪੀਅਨਸ਼ਿਪ ਦੀ। ਫਿਰ ਮੈਂ ਅੱਗੋਂ ਕੇਰਲਾ ਗਿਆ, ਕੋਚੀ ਯੋਗ ਹੋਈ ਇੰਟਰਨੈਸ਼ਨਲ, ਉੱਥੇ 6 ਟੀਮਾਂ ਆਈਆਂ ਸੀ, ਪਾਕਿਸਤਾਨ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਇੰਡੀਆ, ਅਤੇ ਮੈਂ ਉੱਥੇ ਭਾਗ ਲੈ ਕੇ ਫਸਟ ਗੋਲਡ ਮੈਡਲ ਪ੍ਰਾਪਤ ਕੀਤਾ। ਅਤੇ ਮੇਰੀ ਪਹਿਲੀ ਫਾਈਟ ਨੇਪਾਲ ਨਾਲ ਹੋਈ ਸੀ, ਦੂਜੀ ਸ਼੍ਰੀਲੰਕਾ, ਤੀਜੀ ਫਾਈਨਲ ਆਪਣੇ ਇੰਡੀਆ ਦੇ ਨਾਲ ਏ ਬੀ ਟੀਮ ਸੀ। ਅਤੇ ਅੱਜ ਮੈਂ ਇੱਥੇ ਪਹੁੰਚਾ ਹਾਂ ਇਹਦੇ ਮੁਕਾਮ 'ਚ। ਮੈਂ ਆਪਣੇ ਕੋਚ ਸਾਹਿਬ ਜੀ ਅਤੇ ਆਪਣੇ ਪਲੇਅਰ ਨਾਲ, ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਅਤੇ ਆਪਣੇ ਕੋਚ ਸਾਹਿਬ ਦਾ ਨਾਂ ਰੋਸ਼ਨ ਕੀਤਾ, ਆਪਣੇ ਇੰਡੀਆ ਦਾ ਨਾਂ ਰੋਸ਼ਨ ਕੀਤਾ। ਕਿੱਦਾਂ ਦੀ ਫਾਈਟ ਰਹੀ ਇੱਥੋਂ ਨਾਲ, ਉੱਦਾਂ ਦੇ ਜਿਹੜੇ ਲੋਕ ਹੀ, ਕਿਵੇਂ ਕਿੱਦਾਂ ਦਾ ਰਹਿ ਰੁਝਾਣ, ਕਿਵੇਂ ਫਾਈਟ ਰਹੀ ਤੁਹਾਡੀ? ਰਹਿ ਰੁਝਾਣ ਜੀ ਬਹੁਤ ਠੀਕ ਠਾਕ ਸੀ ਅਤੇ ਫਾਈਟ ਵੀ ਬਹੁਤ ਵਧੀਆ ਰਹੀ ਹੈ ਜੀ। ਕੁਛ ਹੋਰ ਸਿੱਖਣ ਨੂੰ ਮਿਲਿਆ ਉੱਥੇ ਜਾ ਕੇ ਜਾਂ ਕੁਛ? ਹਾਂਜੀ ਹਾਂਜੀ, ਸਿੱਖਣ ਨੂੰ ਮਿਲਿਆ ਜੀ। ਕੀ ਕਹਿਣਾ ਚਾਹੁੰਦੇ ਜੀ? ਇਹੀ ਕਹਿਣਾ ਚਾਹਾਂਗੇ ਵੀ ਜੇ ਮੇਰਾ ਮੈਡਲ ਆਇਆ ਤਾਂ ਅੱਜ ਮੈਂ ਇੱਥੇ ਆਪਣੇ ਗੁਰਦਾਸਪੁਰ ਸੈਂਟਰ ਦਾ ਨਾਂ ਰੋਸ਼ਨ ਕੀਤਾ, ਆਪਣੇ ਮਾਂ ਪਿਓ ਦਾ, ਆਪਣੇ ਕੋਚਿਸ ਦਾ ਅਤੇ ਆਪਣੇ ਜਿਹੜੇ ਨਾਲ ਮੇਰੇ ਪਲੇਅਰ ਉਹਨਾਂ ਨੇ ਮੇਰਾ ਨਾਂ ਰੋਸ਼ਨ ਕੀਤਾ। ਜਿਹੜੇ ਕਈ ਬੱਚੇ ਨਸ਼ਿਆਂ 'ਚ ਪੈ ਰਹੇ ਆ, ਤੁਸੀਂ ਨੌਜਵਾਨ ਪੀੜ੍ਹੀ ਜਿਹੜੀ ਖੇਡ ਕੇ ਵਧੀਆ ਹਾਸਲ ਪ੍ਰਾਪਤ ਕਰ ਰਹੇ ਹੋ, ਜਿਹੜੀ ਨੌਜਵਾਨ ਪੀੜ੍ਹੀ ਨਸ਼ੇ 'ਚ ਆ, ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਆਪਣੇ ਕੋਈ ਸਪੋਰਟਸ ਕਰੋ, ਮਿਹਨਤ ਕਰੋ, ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਅਤੇ ਅੱਜ ਕੰਮਾਂ ਵੱਲ ਕੁਛ ਨਹੀਂ ਰੱਖਿਆ ਜੀ, ਮਿਹਨਤ ਕਰੋ ਅਤੇ ਆਪਣੇ ਇੰਡੀਆ ਦਾ ਨਾਂ ਰੋਸ਼ਨ ਕਰੋ।